ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ਾਂ ਦੀਆਂ ਸਮੁੱਚੀਆਂ ਨਾਨਕ ਨਾਮ ਲੇਵਾ ਬੜ ਭਾਗੀਆਂ ਸੰਗਤਾਂ ਉਹਨਾਂ ਦੇ ਚਰਨਾਂ ਦੇ ਵਿੱਚ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਜੇ ਉਹ ਇਹ ਅਸਥਾਨ ਆਪ ਜੀ ਵੇਖ ਰਹੇ ਹੋ ਗੁਰੂ ਦਸਮ ਪਾਤਸ਼ਾਹ ਜੀ ਦਾ ਚਰਨਛੋਪਾ ਪ੍ਰਾਪਤ ਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਹੈ ਸੰਗਤਾਂ ਦੇ ਗਿਆਤ ਹਿਤ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਕਿਉਂਕਿ ਆਪ ਜੀ ਨੂੰ ਪਤਾ ਹੈ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦਾ ਕਿਲਾ ਸਤਗੁਰੂ ਪਾਤਸ਼ਾਹ ਨੇ 67ਪੋ 1704 ਨੂੰ ਸਤਗੁਰੂ ਪਾਸ਼ਾ ਨੇ ਛੱਡਿਆ ਸਤਗੁਰੂ ਪਾਸ਼ਾ ਜੀ ਦਾ ਪਰਿਵਾਰ ਉਸ ਸਮੇਂ ਗੁਰੂ ਪਾਸ਼ਾ ਜੀ ਦੇ ਨਾਲ ਸੀ ਸਰਸਾ ਦੇ ਕਿਨਾਰੇ ਇੱਕ ਜੰਗ ਹੋਇਆ ਜਿਸ ਜੰਗ ਦੇ ਵਿੱਚ ਭਾਈ ਉਦਾਸ ਸਿੰਘ ਜੀ ਦੇ ਸਹਿਤ ਕੁਝ ਸਿੱਖਾਂ ਦੀ ਸ਼ਹਾਦਤ ਹੁੰਦੀ ਹੈ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ 20 ਦਸੰਬਰ ਦੀ ਜੋ ਰਾਤ ਹੈ ਕੋਟਲਾ ਨਿਹੰਗ ਵਿਖੇ ਸਤਗੁਰੂ ਪਾਸ਼ਾ ਜੀ ਨੇ ਬਤੀਤ ਕੀਤੀ ਕਿਉਂਕਿ ਜਿਹੜਾ ਕੋਟਲਾ ਨਿਹੰਗ ਸੀ ਸਤਗੁਰੂ ਪਾਸ਼ਾ ਦਾ ਬਹੁਤ ਲੰਮੇ ਸਮੇਂ ਤੋਂ ਗੁਰੂ ਘਰ ਦਾ ਸ਼ਰਧਾਲੂ ਸੀ ਤੇ ਕੋਟਲਾ ਨਿਹੰਗ ਖਾਂ ਦੀ ਭੂਆ ਦਾ ਨਾਮ ਸੀ ਬੀਬੀ ਉਮਰੀ ਬੀਬੀ ਉਮਰੀ ਦੇ ਹੀ ਪੁੱਤਰ ਸਨ ਭਾਈ ਗਨੀਖਾਂ ਜੀ ਭਾਈ ਨਵੀਖਾਂ ਇਹੀ ਕੋਟਲਾ ਨਿਹੰਗ ਰਾਏ ਕੱਲੇ ਜੋ ਕੇ ਰਾਏਕੋਟ ਵੇਖੇ ਰਾਏ ਕੱਲਾ ਜਿਹਦੇ ਕੋਲ ਗੁਰੂ ਪਾਤਸ਼ਾਹ ਜੀ ਗਏ ਸਨ ਇਹਦਾ ਵੀ ਰਿਸ਼ਤੇਦਾਰ ਸੀ ਆਪਸ ਦੇ ਵਿੱਚ ਇਹਨਾਂ ਦੀ ਕੁੜਮਾਚਾਰੀ ਸੀ ਇੱਥੇ ਹੀ ਭਾਈ ਬਚਿੱਤਰ ਸਿੰਘ ਜੀ ਦੀ ਸ਼ਹਾਦਤ ਵੀ ਹੁੰਦੀ ਹੈ ਤੇ ਉਹਦੀ ਧੀ ਜਿਹਨੂੰ ਬੀਬੀ ਮਮਤਾਜ ਕਹਿ ਕੇ ਬੁਲਾਇਆ ਜਾਂਦਾ ਉਹਨੇ ਭਾਈ ਸ਼ਹੀਦ ਭਾਈ ਬਚਿੱਤਰ ਸਿੰਘ ਜੀ ਨੂੰ ਆਪਣਾ ਪਤੀ ਮੰਨ ਲਿਆ ਸੀ ਤੇ ਇੱਕ ਸ਼ਹੀਦ ਦੀ ਪਤਨੀ ਵਿਧਵਾ ਦੇ ਰੂਪ ਦੇ ਵਿੱਚ ਬਾਕੀ ਦਾ ਆਪਣਾ ਜੀਵਨ ਦਾ ਸਮਾਪਤੀਤ ਕੀਤਾ। ਸਤਿਗੁਰੂ ਪਾਤਸ਼ਾਹ ਜੀ ਫਿਰ ਇੱਥੋਂ ਚੱਲਦੇ ਨੇ। ਇੱਥੋਂ ਚੱਲ ਕੇ ਗੁਰੂ ਪਾਤਸ਼ਾਹ ਜੀ ਚਮਕੌਰ ਦੀ ਗੜੀ ਵੇਖੇ ਆਉਂਦੇ ਨੇ। ਚਮਕੌਰ ਸਾਹਿਬ ਦੀ ਧਰਤੀ ਵੇਖੇ ਗੁਰੂ ਪਾਤਸ਼ਾਹ ਦਾ ਇਹ ਦੂਜੀ ਵਾਰੀ ਆਗਮਨ ਸੀ। ਕਿਉਂਕਿ ਪਹਿਲਾਂ ਵੀ ਇੱਕ ਵਾਰੀ 1703 ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਇਸ ਚਮਕੌਰ ਸਾਹਿਬ ਦੀ ਧਰਤੀ ਨੂੰ ਭਾਗ ਲਾ ਚੁੱਕੇ ਹਨ। ਬੁੱਧੀ ਚੰਦ ਰਾवते ਨੇ ਆਪਣੀ ਹਵੇਲੀ ਸਤਿਗੁਰੂ ਪਾਤਸ਼ਾਹ ਜੀ ਨੂੰ ਅਰਪਣ ਕੀਤੀ। ਉਸ ਸਮੇਂ ਇੱਕ ਸੰਸਾਰ ਦਾ ਅਨੋਖਾ ਜੰਗ ਹੋਇਆ। ਸੰਸਾਰ ਦਾ ਅਨ ਕਿਉਂਕਿ ਜਿਹੜੀ ਇਹ ਜੰਗ ਸੀ ਇੱਕ ਪਾਸੇ ਲੱਖਾਂ ਦੀ ਤਦਾਦ ਦੇ ਵਿੱਚ ਫੌਜ ਸੀ ਇੱਕ ਪਾਸੇ ਗੁਰੂ ਪਾਤਸ਼ਾਹ ਦੇ ਨਾਲ ਕੁਝ ਗਿਣਤੀ ਦੇ ਭੁਖਣ ਭਾਣੇ ਸੇਕ ਸਨ ਇਸ ਜੰਗ ਦੇ ਵਿੱਚ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਦੋ ਸਤ ਗੁਰੂ ਪਾਤਸ਼ਾਹ ਦੇ ਵੱਡੇ ਲੱਖ ਤੇ ਜਗ ਰਸ਼ੀਦੀ ਪ੍ਰਾਪਤ ਕਰਦੇ ਨੇ ਪੰਜਾਂ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰਿਆਂ ਦੀ ਇਸ ਚਮਕੌਰ ਸਾਹਿਬ ਦੀ ਧਰਤੀ ਵਿਖੇ ਸ਼ਹਾਦਤ ਹੁੰਦੀ ਹੈ ਪੰਥ ਦਾ ਹੁਕਮ ਮੰਨਦਿਆਂ ਹੋਇਆਂ ਫਿਰ ਸਤ ਗੁਰੂ ਪਾਤਸ਼ਾਹ ਜੀ ਚਮਕੌਰ ਦੀ ਗੜੀ ਨੂੰ ਵੀ ਛੱਡਦੇ ਨੇ ਚਮਕੌਰ ਸਾਹਿਬ ਦੀ ਧਰਤੀ ਤੋਂ ਚੱਲਦੇ ਆ ਕਿਵੇਂ ਗੁਰੂ ਪਾਤਸ਼ਾਹ ਜੀ ਇਸ ਬਿੱਤਰ ਅਸਤਾਨ ਵਿਖੇ ਪਹੁੰਚਦੇ ਨੇ 마ਸੀਵਾੜਾ ਸਾਹਿਬ ਦੀ ਧਰਤੀ ਤੋਂ ਚੱਲ ਕੇ ਸਤਗੁਰੂ ਪਾਤਸ਼ਾਹ ਜੀ ਕੁਝ ਸਰੋਤਾਂ ਵਿੱਚ ਜ਼ਿਕਰ ਮਿਲਦਾ ਵੀ ਕੀੜੀ ਪਠਾਣਾ, ਕੁੰਗਰਾਲੀ, ਮਾਨੂਪੁਰ, ਕੋਟਲਾ, ਅਜਨੇਰ, ਮਲਕਪੁਰ, ਫਿਰ ਕੁਹਾਲਾਲ, ਲਲਕਲਾਂ, ਕਟਾਣਾ ਸਾਹਿਬ, ਰਾਮਪੁਰ, ਕਨੇਚ, ਸਾਨੇਵਾਲ, ਸਾਨੇਵਾਲ ਤੋਂ ਫਿਰ ਸਤਗੁਰੂ ਪਾਤਸ਼ਾਹ ਜੀ ਟਿੱਬਾ ਤੇ ਟਿੱਬੇ ਤੋਂ ਹੁੰਦਿਆਂ ਹੁੰਦਿਆਂ ਫਿਰ ਸਤਗੁਰੂ ਪਾਤਸ਼ਾਹ ਜੀ ਇਸ ਨਗਰ ਆਲਮਗੀਰ ਵਿਖੇ ਪਹੁੰਚਦੇ ਨੇ ਇੱਥੇ ਹੀ ਗੁਰੂ ਪਾਤਸ਼ਾਹ ਨੇ ਭਾਈ ਗਾਨੀ ਖਾਂ ਭਾਈ ਨਵੀ ਖਾਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਇੱਕ ਹੁਕਮਨਾਮਾ ਸਾਹਿਬ ਜਾਰੀ ਕੀਤਾ ਸੀ ਇਹ ਜੋ ਭਾਈ ਗਨੀਖਾ ਭਾਈ ਨਵੀਖਾ ਹਨ ਮੇਰੇ ਫਰਜੰਦ ਹਨ ਔਖੇ ਵਕਤ ਮੇਰੇ ਕੰਮ ਆਏ ਹਨ ਜੋ ਵੀ ਪੰਥ ਜੋ ਵੀ ਸਿੱਖ ਇਹਨਾਂ ਦੀ ਸੇਵਾ ਕਰੇਗਾ ਉਸਤੇ ਸਾਡੀ અપਾਰ ਖੁਸ਼ੀ ਹੋਵੇਗੀ ਤੇ ਅੱਜ ਕਿਹਾ ਜਾਂਦਾ ਵੀ ਭਾਈ ਗਨੀਖਾ ਭਾਈ ਨਵੀਖਾ ਦੀ ਜਿਹੜੀ ਵੰਸ ਹੈ ਪਾਕਿਸਤਾਨ ਦੇ ਨਵੀਪੁਰ ਮਹੱਲਾ ਦੇ ਵਿੱਚ ਛੇਵੀਂ ਵਸ ਉਹਨਾਂ ਦੀ ਰਹਿੰਦੀ ਹੈ ਉਹ ਗੁਰੂ ਪਾਤਸ਼ਾਹ ਦਾ ਪਵਿੱਤਰ ਕਰ ਕਬਲਾ ਨਾਲ ਲਿਖਿਆ ਹੋਇਆ ਬਚਨ ਹੁਕਮਨਾਮਾ ਸਾਹਿਬ ਉਹ ਪਰਿਵਾਰ ਨੇ ਅੱਜ ਵੀ ਆਪਣੇ ਕੋਲ ਸੰਭਾਲ ਕੇ ਰੱਖਿਆ ਹੋਇਆ ਹੈ ਇਥੋਂ ਵੀ ਭਾਈ ਗਨੀਖਾਂ ਭਾਈ ਨਵੀਖਾਂ ਵਾਪਸ ਚਲੇ ਜਾਂਦੇ ਨੇ ਤੇ ਇੱਥੇ ਹੀ ਇੱਕ ਸਿੱਖ ਭਾਈ ਨਗਾਯਾ ਸਿੰਘ ਜੀ ਨੇ ਬਹੁਤ ਹੀ ਸੁੰਦਰ ਕੀਮਤੀ ਨਸਲ ਦਾ ਘੋੜਾ ਸਤਗੁਰੂ ਪਾਤਸ਼ਾਹ ਜੀ ਨੂੰ ਅਰਪਣ ਕੀਤਾ ਤੇ ਇੱਕ ਪਿਛਲੇ ਪਾਸੇ ਸਥਾਨ ਬਣਿਆ ਹੋਇਆ ਜਿਹਨੂੰ ਤੀਰ ਸਰ ਸਾਹਿਬ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਸਤਗੁਰੂ ਪਾਤਸ਼ਾਹ ਨੇ ਧਰਤੀ ਦੀ ਹਿੱਕ ਦੇ ਵਿੱਚ ਤੀਰ ਮਾਰ ਕੇ ਇੱਥੇ ਜਲਦਾ ਸੋਮਾ ਪ੍ਰਗਟ ਕੀਤਾ ਸੀ ਸੋ ਇਹ ਕੁਝ ਇਤਿਹਾਸਕ ਵਿਚਾਰਾਂ ਇਸ ਗੁਰੂ ਕਲੰਗੀ ਧਰ ਪਾਤਸ਼ਾਹ ਦੇ ਚਰਨ ਛੋਪਾ ਪ੍ਰਾਪਤ ਪਵਿੱਤਰ ਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਦੇ ਨਾਲ ਜੁੜੀਆਂ ਹੋਈਆਂ ਨੇ ਇੱਥੇ ਬੜੇ ਸਤਿਗੁਰੂ ਪਾਸ਼ਾ ਨੇ ਬਖਸ਼ੀਆਂ ਰਹਿਮਤਾਂ ਦੇ ਵਚਨ ਕੀਤੇ ਜਿਹੜੀ ਵੀ ਕੋਈ ਸੰਗਤ ਕੋਈ ਵੀ ਗੁਰੂ ਦਾ ਪਿਆਰਾ ਕੋਈ ਵੀ ਮਨ ਦੇ ਵਿੱਚ ਇੱਛਾ ਰੱਖ ਕੇ ਆਉਂਦਾ ਹੈ ਅਰਦਾਸ ਬੇਨਤੀ ਕਰਦਾ ਹੈ ਇਸ ਥਾਂ ਤੇ ਕੀਤੀ ਹੋਈ ਅਰਦਾਸ ਬੇਨਤੀ ਗੁਰੂ ਪਾਸ਼ਾ ਦੀ ਕਿਰਪਾ ਦੇ ਦੁਆਰਾ ਹਰ ਇੱਕ ਦੀ ਮਨੋ ਕਾਮਨਾ ਪੂਰਨ ਹੋ ਜਾਂਦੀ ਹੈ ਇੱਥੇ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾਂਦਾ ਹੈ ਤੇ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਭਾਈ ਗੁਰਦਾਸ ਗੁਰਮਤ ਵਿਦਿਆਲਾ 2 ਸਾਲਾ ਗ੍ਰੰਥੀ ਸਿੰਘ ਦਾ ਕੋਰਸ ਅਤੇ ਸੰਗੀਤ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ ਸੋ ਸਾਰੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕੇ ਗੁਰੂ ਕਲੰਗੀ ਧਰਪਾਤਸ਼ਾਹ ਜੀ ਦਾ ਇਹ ਚਰਨਸ਼ੋਪਰਾਪਤ ਅਸਥਾਨ ਹੈ ਬੜੀਆਂ ਦੂਰ ਦਰਾਡੇ ਤੋਂ ਹਮ ਹਮਾ ਕੇ ਸੰਗਤਾਂ ਇੱਥੇ ਪਹੁੰਚਦੀਆਂ ਨੇ ਸੋ ਐਤਵਾਰ ਵਾਲੇ ਦਿਨ ਬਹੁਤ ਹੀ ਭਾਰੀ ਸੰਗਤਾਂ ਇੱਥੇ ਇਕੱਤਰ ਹੁੰਦੀਆਂ ਨੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦਾ ਪਿਆਰ ਮਾਣਦੀਆਂ ਨੇ ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਇੱਕ ਵਾਰ ਰੁਝੇਵਿਆਂ ਦੇ ਵਿੱਚੋਂ ਵਕਤ ਕੱਢ ਕੇ ਜਰੂਰ ਇਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕਰੋ ਸਤਿਗੁਰੂ ਪਾਤਸ਼ਾਹ ਦੇ ਦਰ ਤੇ ਆ ਕੇ ਗੁਰੂ ਕਲੰਗੀ ਧਰਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਸਾਹਿਬ ਵਿਖੇ ਫੇਥ ਚੈਨਲ ਦੇ ਇਸ YouTube ਪ੍ਰੋਗਰਾਮ ਦੇ ਉੱਤੇ ਜਿੱਥੇ ਮੈਂ ਸਾਰੀ ਸਿੱਖ ਸੰਗਤ ਨੂੰ ਮੁਬਾਰਕਬਾਦ ਦਿੰਦਾ ਇਸ ਚੈਨਲ ਨੂੰ ਚਲਾਉਣ ਵਾਲੇ ਪ੍ਰਬੰਧਕ ਵੀਰਾਂ ਨੂੰ ਵੱਡੀ ਮੁਬਾਰਕਬਾਦ ਦਿੰਦਾ ਕਿ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਔਰ ਸਯੋਗ ਉਪਰਾਲਾ ਕਰ ਰਿਹਾ ਕਿਉਂਕਿ ਅੱਜ ਦਾ ਸਮਾਂ ਸੋਸ਼ਲ ਮੀਡੀਆ ਦਾ ਸਮਾਂ ਹੈ ਸੋਸ਼ਲ ਮੀਡੀਆ ਰਾਹੀਂ ਸਹੀ ਜਾਣਕਾਰੀ ਸਟੀਕ ਜਾਣਕਾਰੀ ਦੇਣੀ ਔਰ ਸਾਡੇ ਗੁਰ ਧਾਮਾਂ ਦੇ ਸਾਡੇ ਗੁਰਸਿੱਖ ਇਤਿਹਾਸ ਬਾਰੇ ਔਰ ਸਾਡੀ ਜੋ ਸਹੀ ਸਾਡਾ ਇਤਿਹਾਸ ਹੈ ਉਹ ਸਿੱਖ ਸੰਗਤ ਦੇ ਸਾਹਮਣੇ ਰੱਖਣਾ ਸਾਡੇ ਅੱਜ ਦੇ ਯੂਥ ਨੂੰ ਬੱਚਿਆਂ ਨੂੰ ਧਰਮ ਦੇ ਨਾਲ ਸਾਡੇ ਧਾਰਮਿਕ ਸਥਾਨਾਂ ਨਾਲ ਜੋੜਨਾ ਸਾਡੀਆਂ ਪਰੰਪਰਾਵਾਂ ਸਾਡੀ ਰਹਿਤ ਮਰਿਆਦਾ ਬਾਰੇ ਦੱਸਣਾ ਮੈਂ ਸਮੇਂ ਦਾ ਅਜਿਹੇ ਸਮੇਂ 'ਚ ਬਹੁਤ ਵੱਡੀ ਇਹ ਸਿੱਖੀ ਦੀ ਸੇਵਾ ਮੈਂ ਨਾਲ ਵੀਰਾਂ ਨੂੰ ਫੇਸ ਚੈਨਲ ਸ਼ੁਰੂ ਕਰਨ ਤੇ ਔਰ ਇੱਕ ਵਧੀਆ ਧਾਰਮਿਕ ਪਰਾਲਾ ਕਰਨ ਦੇ ਉੱਤੇ ਲੱਖ ਲੱਖ ਮੁਬਾਰਕਬਾਦ ਔਰ ਆਪਣੇ ਵੱਲੋਂ ਆਪਣੀ ਸਮੁੱਚੀ ਟੀਮ ਵੱਲੋਂ ਹਰ ਤਰੀਕੇ ਦੇ ਸਹਿਯੋਗ ਦਾ ਵੀ ਮੈਂ ਨਾਲ ਦੇ ਨਾਲ ਵਾਅਦਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਬਣਾਉਂਦੇ ਹੋਏ ਅਨੇਕਾ ਪ੍ਰਕਾਰ ਦੀ ਗਲਤੀ ਹੋ ਜਾਂਦੀਆਂ ਨੂੰ ਆਪ ਜੀ ਬਖਸ਼ਣ ਜੋ